ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਕੁਝ ਪਸ਼ੂਆਂ ਦੀਆਂ ਬਿਮਾਰੀਆਂ ਬਾਰੇ ਕੁਝ ਜਾਣਕਾਰੀ ਸਾਂਝੀ ਕਰਾਂਗੇ ਖਾਰੀ ਬਦ ਹਜਮੀ ਖਾਰਾ ਰਿਯੂਮਨ ਜਿਆਦਾ ਮਾਤਰਾ ਵਿੱਚ ਖੁਰਾਕ ਵਿੱਚ ਪ੍ਰੋਟੀਨ ਹੋਣਾ ਜਾਂ ਉਹ ਚੀਜ਼ਾਂ ਜਿਨ੍ਹਾਂ ਵਿੱਚ ਨਾਈਟ੍ਰੋਜਨ ਹੋਵੇ ਅਤੇ ਪ੍ਰੋਟੀਨ ਰਹਿਤ ਹੋਣ ਜਿਵੇਂ ਕਿ ਜੂਰੀਆ ਜਾਂ ਸੀਵਰਜ ਦਾ ਪਾਣੀ ਪੀਣ ਨਾਲ ਰਿਯੂਮਨ ਵਿੱਚ ਜਿਆਦਾ ਅਮੋਨੀਆ ਬਣਨਾ ਇਸ ਦੇ ਕਾਰਨ ਹਨ ਜਿਸ ਕਰਕੇ ਰਿਊਮਨ ਦੇ ਪਾਣੀ ਦੀ ਪੀ ਐਚ ਵੱਧ ਜਾਂਦੀ ਹੈ ਜਿਹੜੀ ਕਿ ਆਮ ਕਰਕੇ 6 ਤੋਂ 7 7 ਤੋਂ 2 ਹੁੰਦੀ ਹੈ ਅਤੇ ਇਸ ਹਾਲਾਤ ਹਾਲਤ ਵਿੱਚ 11.0 ਤੱਕ ਪਹੁੰਚ ਜਾਂਦੀ ਹੈ ਜਿਆਦਾ ਮਾਤਰਾ ਵਿੱਚ ਉਰਾਲੀ ਪਾਉਣਾ ਜਾਂ ਜਿਆਦਾ دیر ਤੱਕ ਪਾਉਣ ਨਾਲ ਵੀ ਖਾਰਾ ਰਿਊਮਨ ਹੋ ਜਾਂਦਾ ਹੈ ਕਾਰਨ ਖਾਰੇ ਰਿਊਮਨ ਦਾ ਸਭ ਤੋਂ ਮੁੱਖ ਕਾਰਨ ਜਾਨਵਰਾਂ ਨੂੰ ਜੂਰੀਆ ਜਿਆਦਾ ਮਾਤਰਾ ਵਿੱਚ ਇੱਕਦਮ ਜਾਂ ਅਚਾਨਕ ਖਵਾਣਾ ਪ੍ਰੋਟੀਨ ਨਾਲ ਭਰਪੂਰ ਖਾਗ ਜਿਵੇਂ ਕਿ ਮੂੰਗਫਲੀ ਸਰੋਂ ਅਲਸੀ ਸੋਇਆ ਬੀਨ ਦੀ ਖਲ ਫਲੀਦਾਰ ਚਾਰੇ ਅਤੇ ਪਰਾਲੀ ਦਾ ਜ਼ਿਆਦਾ ਖਵਾਉਣਾ ਅਤੇ ਸੀਵਰਜ ਨਾਲ ਮਿਲੇ ਹੋਏ ਪਾਣੀ ਦਾ ਪੀਣਾ ਆਧਨ ਯੂਰੀਆ ਦੇ ਜ਼ਿਆਦਾ ਖਾਣ ਨਾਲ ਤੇਜ਼ ਕਿਸਮ ਦੀ ਬਿਮਾਰੀ ਹੁੰਦੀ ਹੈ ਪਰ ਫਲੀਦਾਰ ਚਾਰਾ ਖਲਾਂ ਖਾਣ ਨਾਲ ਮੱਠੀ ਬਿਮਾਰੀ ਹੁੰਦੀ ਹੈ ਅਤੇ ਜ਼ਿਆਦਾ ਪਰਾਲੀ ਖਣ ਨਾਲ ਲੰਬੇ ਸਮੇਂ ਦੀ ਬਿਮਾਰੀ ਹੁੰਦੀ ਆ 6 ਤੋਂ 8 ਕਿਲੋਗ੍ਰam ਖਲ ਨਾਲ ਮੱਠੀ ਬਿਮਾਰੀ ਹੋ ਸਕਦੀ ਆ ਪਰ 250 ਤੋਂ 500 ਗ੍ਰਾਮ ਜੂਰੀਆ ਇੱਕੋ ਵਾਰ ਦੇਣਾ ਜਾਨਵਰ ਲਈ ਬਹੁਤ ਜ਼ਹਿਰੀਲੀ ਹੈ ਅਤੇ ਖਾਣ ਤੋਂ ਕੁਝ ਘੰਟਿਆਂ ਵਿੱਚ ਹੀ ਜਾਨਵਰ ਦੀ ਮੌਤ ਹੋ ਸਕਦੀ ਆ ਨਿਸ਼ਾਨੀਆਂ ਖਾਰੀ ਬਦਹਾਜਮੀ ਦੇ ਲੱਛਣ ਖੁਰਾਕ ਦੀ ਕਿਸਮ ਅਤੇ ਮਾਤਰਾ ਤੇ ਨਿਰਭਰ ਕਰਦੇ ਹਨ ਮੱਠੀ ਬਿਮਾਰੀ ਵਿੱਚ ਭੁੱਖ ਨਾ ਲੱਗਣਾ ਦੁੱਧ ਦਾ ਘਟ ਜਾਣਾ ਜਾਨਵਰ ਸੁਸਤ ਅਤੇ ਗੋਹਾ ਥੋੜਾ ਅਤੇ ਲੇਸਦਾਰ ਹੁੰਦਾ ਹੈ ਤੇਜ਼ ਬਿਮਾਰੀ ਵਿੱਚ ਲੱਛਣ ਇਕਦਮ ਹੁੰਦੇ ਹਨ ਅਤੇ ਭੁੱਖ ਘਟ ਲੱਗਦੀ ਹੈ ਮੂੰਹ ਚ ਪਾਣੀ ਵਗਦਾ ਹੈ ਪਸ਼ੂ ਵਾਰ-ਵਾਰ ਪੇਸ਼ਾਬ ਕਰਦਾ ਹੈ ਜਿਆਦਾ ਉਹ ਤੇਜ਼ਤ ਹੋ ਜਾਂਦਾ ਹੈ ਸਰੀਰ ਕੰਬਣ ਲੱਗ ਪੈਂਦਾ ਹੈ ਸਾਹ ਵਿੱਚ ਅਖਿਆਈ ਹੁੰਦੀ ਹੈ ਕੁਝ ਧੀਰ ਬਾਅਦ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਹਨ ਅਤੇ 3 ਤੋਂ 4 ਘੰਟਿਆਂ ਵਿੱਚ ਹੀ ਪਸ਼ੂ ਦੀ ਮੌਤ ਹੋ ਜਾਂਦੀ ਹੈ ਅਖਿਆਰੇ ਰਿਊਮਨ ਦੀ ਲੰਬੇ ਸਮੇਂ ਦੀ ਬਿਮਾਰੀ ਜਿਆਦਾ ਪ੍ਰਾਲੀ ਜਾਂ ਤੂੜੀ ਪਾਉਣ ਨਾਲ ਹੁੰਦੀ ਹੈ ਅਤੇ ਇਸ ਵਿੱਚ ਸਰੀਰਕ ਕਮਜ਼ੋਰੀ ਸਭ ਤੋਂ ਵੱਡੀ ਨਿਸ਼ਾਨੀ ਹੈ ਪਸ਼ੂ ਦੇ ਸਰੀਰ ਵਿੱਚ ਪਾਣੀ ਦੀ ਘਾਟ ਜਿਸ ਨਾਲ ਉਸ ਦੀਆਂ ਅੱਖਾਂ ਅੰਦਰ ਨੂੰ ਤਸ ਜਾਂਦੀਆਂ ਹਨ ਅਤੇ ਚਮੜੀ ਦੀ ਚਮਕ ਖਤਮ ਹੋ ਜਾਂਦੀ ਆ ਪਸ਼ੂ ਦੀ ਪਸ਼ੂ ਦੀ ਚਾਲ ਵਿੱਚ ਫਰਕ ਪੈ ਜਾਂਦਾ ਹੈ ਜਾਨਵਰ ਲੇਟ ਜਾਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ ਪਛਾਣ ਇਸ ਬਿਮਾਰੀ ਦੀ ਪਛਾਣ ਪਸ਼ੂ ਦਾ ਪਿਛਲਾ ਵੇਰਵਾ ਖੁਰਾਕ ਦੀ ਕਿਸਮ ਮਿਹਦੇ ਗੋਹੇ ਅਤੇ ਪਿਸ਼ਾਬ ਦੀ ਪੀ ਐਚ ਦੀ ਪਰਖ ਤੋਂ ਹੁੰਦੀ ਹੈ ਇਸ ਤਰ੍ਹਾਂ ਦੀ ਬਿਮਾਰੀ ਵਿੱਚ ਰਿਯੂਮਨ ਦੀ ਪੀ ਐਚ 7 ਤੋਂ 5 ਤੋ ਹਮੇਸ਼ਾ ਜ਼ਿਆਦਾ ਹੁੰਦੀ ਆ ਇਲਾਜ ਮੱਠੀ ਬਿਮਾਰੀ ਵਿੱਚ ਰਿਊਮਨ ਦੀ ਪੀਐਚ ਹਲਕੇ ਤੇਜਾਬ ਜਿਵੇਂ ਕਿ 5% ਐਸਟਿਕ ਤੇਜਾਬ ਨੂੰ 5 ਤੋਂ 10 ਮਿਲੀਲੀਟਰ ਪ੍ਰਤੀ ਕਿਲੋਗ੍ਰam ਪਸ਼ੂ ਦੇ ਭਾਰ ਦੇ ਅਨੁਸਾਰ ਜਾਂ ਉਕਾ ਪੁਕਾ 750 ਮਿਲੀਲੀਟਰ ਸਰਕਾ ਦੇ ਕੇ ਠੀਕ ਕਰੋ ਅਤੇ ਇਸ ਦੇ ਨਾਲ ਨਾਲ ਰਿਊਮਨ ਦੇ ਟੋਨਿਕ ਦਿਓ ਜੇਕਰ ਯੂਰੀਆ ਦਾ ਜ਼ਹਿਰ ਹੋਵੇ ਤਾਂ ਸਰਕਾ ਜਾਂ ਐਸਟਿਕ ਤੇਜਾਬ 30 ਮਿੰਟ ਦੇ ਵਕਤੇ ਨਾਲ ਦੇਵੋ ਜੇਕਰ ਦਿਮਾਗੀ ਦੌਰੇ ਪੈ ਰਹੇ ਹੋਣ ਅਤੇ 2 ਤੋਂ 3 ਵਾਰ ਦਵਾਈ ਦੇਣ ਦਾ ਕੋਈ ਅਸਰ ਨਾ ਹੋਵੇ ਤਾਂ ਰਿਉਮੋਨੋ ਟੋਮੀ ਆਪਰੇਸ਼ਨ ਜਿਹੜਾ ਕਿ ਇੱਕ ਪਸ਼ੂਆਂ ਦਾ ਡਾਕਟਰ ਹੀ ਕਰ ਸਕਦਾ ਹੈ ਨਾਲ ਐਸ਼ੇ ਪਸ਼ੂ ਦੀ ਜਾਨ ਬਚਾਈ ਜਾ ਸਕਦੀ ਸਕਦੀ ਹੈ ਤਾਜ਼ਾ ਰਿਊਮਨ ਦਾ ਪਾਣੀ ਜਿਹੜਾ ਕਿ ਤੰਦਰੁਸਤ ਪਸ਼ੂਆਂ ਤੋਂ ਇਲਾਵਾ ਪਸ਼ੂਆਂ ਤੋਂ ਲਿਆ ਹੋਵੇ ਮੂੰਹ ਰਹੀ ਦਿਨਾਂ ਪਸ਼ੂ ਠੀਕ ਹੋ ਜਾਂਦਾ ਹੈ ਅਤੇ ਪੱਠੇ ਖਾਣ ਲੱਗ ਜਾਂਦਾ ਹੈ ਇਹ ਖਿਆਲ ਰੱਖੋ ਕਿ ਯੂਰੀਆ ਦੀ ਮਾਤਰਾ ਰਸਣ ਵਿੱਚ 3% ਤੋਂ ਜ਼ਿਆਦਾ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ